ਪੰਜਾਬ ਦੀਆਂ ਖਰੀਦ ਏਜੰਸੀਆਂ ਨੂੰ ਦਰਪੇਸ਼ ਸਮੱਸਿਆਵਾਂ ਸੰਬੰਧੀ ਅੱਜ ਮੋਗਾ ਵਿਖੇ ਇੱਕ ਵਿਸ਼ੇਸ਼ ਇਕੱਤਰਤਾ ਹੋਈ। ਆਓ ਦੇਖਦੇ ਹਾਂ sadamoga.com ਤੇ ਵਿਸ਼ੇਸ਼ ਰਿਪੋਰਟ। ਪੰਜਾਬ ਦੀਆਂ ਖਰੀਦ ਏਜੰਸੀਆਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਅੱਜ ਵੱਖ-ਵੱਖ ਫਸਲ ਖਰੀਦ ਏਜੰਸੀਆਂ ਦੇ ਨੁਮਾਇੰਦਿਆਂ ਦੀ ਵਿਸ਼ੇਸ਼ ਇਕੱਤਰਤਾ ਦੌਰਾਨ ਨਵੀਂ ਐਸੋਸੀਏਸ਼ਨ ਪੰਜਾਬ ਫੂਡ ਗ੍ਰੇਨਸ ਏਜੰਸੀਜ਼ ਆਫੀਸਰਸ ਐਸੋਸੀਏਸ਼ਨ ਦਾ ਗਠਨ ਕੀਤਾ ਗਿਆ। ਅੱਜ ਦੀ ਇਸ ਇਕੱਤਰਤਾ ਦੌਰਾਨ ਮਾਰਕਫੈਡ, ਪੰਸਪ, ਪੰਜਾਬ ਐਗਰੋ ਅਤੇ ਵੇਅਰਹਾਊਸ ਏਜੰਸੀਆਂ ਦੇ ਜ਼ਿਲ੍ਹਾ ਪ੍ਰਬੰਧਕ ਅਤੇ ਮੈਨੇਜਰ ਸ਼ਾਮਲ ਹੋਏ। ਇਸ ਮੀਟਿੰਗ ਦੌਰਾਨ ਖੇਤੀ ਜਨਸਾਂ ਦੀ ਖਰੀਦ ਮੌਕੇ ਆਉਂਦੀਆਂ ਸਮੱਸਿਆਵਾਂ, ਜਾਂਚ ਅਤੇ ਜਾਂਚ ਵਿੱਚ ਜ਼ਿਲ੍ਹਾ ਪ੍ਰਬੰਧਕਾਂ ਦੀ ਸ਼ਮੂਲੀਅਤ ਤੇ ਭਰਪੂਰ ਵਿਚਾਰ ਚਰਚਾ ਕੀਤੀ ਗਈ। ਚਰਚਾ ਦੌਰਾਨ ਇਸ ਗੱਲ ਤੇ ਜ਼ੋਰ ਦਿੱਤਾ ਗਿਆ ਕਿ ਖਰੀਦ ਏਜੰਸੀਆਂ ਦੀਆਂ ਸਾਂਝੀਆਂ ਮੁਸ਼ਕਲਾਂ ਲਈ ਇਕਜੁੱਟਤਾ ਨਾਲ ਸਰਕਾਰ ਕੋਲ ਇਹ ਮੁੱਦਾ ਉਠਾਇਆ ਜਾਵੇ। ਚਰਚਾ ਦੌਰਾਨ ਇਹ ਗੱਲ ਉਭਰ ਕੇ ਸਾਹਮਣੇ ਆਈ ਕਿ ਫਸਲ ਦੀ ਖਰੀਦ ਵੇਲੇ ਅਤੇ ਖਰੀਦ ਤੋਂ ਬਾਅਦ ਜਿਣਸ ਦੀ ਸੰਯੁਕਤ ਸਪੁਰਦਗੀ ਕਾਰਨ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਜ਼ਿਲ੍ਹਾ ਮੈਨੇਜਰਾਂ ਜਾਂ ਮੈਨੇਜਰਾਂ ਲਈ ਉਸ ਵੇਲੇ ਗੰਭੀਰ ਸਮੱਸਿਆਵਾਂ ਬਣ ਜਾਂਦੀਆਂ ਨੇ ਜਦੋਂ ਸ਼ੈਲਰਾਂ ਵਿੱਚ ਘਪਲੇਬਾਜ਼ੀ ਹੁੰਦੀ ਹੈ ਜਾਂ ਫਿਰ ਕਣਕ ਦੇ ਖੁਰਦਬਰਦ ਹੋਣ ਤੇ ਚੋਰੀ ਦੀ ਘਟਨਾ ਵਾਪਰਦੀ ਹੈ। ਅਜਿਹੀ ਵਾਰਦਾਤ ਵੇਲੇ ਇਸ ਗੱਲ ਨੂੰ ਅੱਖੋਂ ਪਰੋਖੇ ਕੀਤਾ ਜਾਂਦਾ ਹੈ ਕਿ ਜਿਣਸ ਦੀ ਸਪੁਰਦਗੀ ਸਿਰਫ ਇੰਸਪੈਕਟਰ ਕੋਲ ਹੁੰਦੀ ਹੈ, ਜਦਕਿ ਜ਼ਿਲ੍ਹਾ ਮੈਨੇਜਰ ਸੁਪਰਵਾਈਜ਼ਰੀ ਪ੍ਰਬੰਧ ਦਾ ਸਿਰਫ ਹਿੱਸਾ ਹੁੰਦਾ ਹੈ, ਪਰ ਇਸ ਦੇ ਬਾਵਜੂਦ ਅਕਸਰ ਉਸ ਨੂੰ ਵੀ ਜਾਂਚ ਵਿੱਚ ਸ਼ਾਮਲ ਕਰ ਲਿਆ ਜਾਂਦਾ ਹੈ ਅਤੇ ਜ਼ਿੰਮੇਵਾਰੀ ਫਿਕਸ ਹੋਣ ਤੇ ਉਸ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਬੇਸ਼ੱਕ ਕਿ ਉਹ 50-50 ਕਿਲੋਮੀਟਰ ਦੂਰ ਆਪਣੀ ਡਿਊਟੀ ਕਿਉਂ ਨਾ ਨਿਭਾ ਰਹੇ ਹੋਣ। ਅੱਜ ਦੀ ਨਵੀਂ ਗਠਿਤ ਪੰਜਾਬ ਫੂਡ ਗ੍ਰੇਨਜ਼ ਏਜੰਸੀਜ਼ ਆਫੀਸਰਜ਼ ਐਸੋਸੀਏਸ਼ਨ ਵਿੱਚ ਪ੍ਰਧਾਨ HS ਤਾਲੀਵਾਲ ਤੋਂ ਇਲਾਵਾ ਵਿਸ਼ਾਲ ਕੁਮਾਰ, DM ਮਾਰਕਫੈਡ ਕਪੂਰਥਲਾ, MP ਸਿੰਘ, DM ਵੇਅਰਹਾਊਸ ਲੁਧਿਆਣਾ, ਤਰੁਣ ਕੁਮਾਰ, DM ਵੇਅਰਹਾਊਸ ਬਠਿੰਡਾ, ਰਮਨ ਕੁਮਾਰ, DM ਪੰਜਾਬ ਐਗਰੋ ਫਿਰੋਜ਼ਪੁਰ, ਇੰਦਰਪ੍ਰੀਤ ਸਿੰਘ, DM ਪੰਜਾਬ ਐਗਰੋ ਅੰਮ੍ਰਿਤਸਰ, ਪਰਮਿੰਦਰਜੀਤ ਸਿੰਘ ਬੋਪਾਰਾਏ, DM ਪੰਸਬ ਫਤਿਹਗੜ੍ਹ ਸਾਹਿਬ ਅਤੇ ਗੌਰਵ ਆਹਲੂਵਾਲੀਆ, DM ਪੰਸਬ ਲੁਧਿਆਣਾ ਬਤੌਰ ਮੈਂਬਰ ਸ਼ਾਮਲ ਕੀਤੇ ਗਏ। ਅੱਜ ਦੀ ਇਸ ਮੀਟਿੰਗ ਉਪਰੰਤ ਨਵੀਂ ਬਣੀ ਸੰਸਥਾ ਪੰਜਾਬ ਫੂਡ ਗ੍ਰੇਨਜ਼ ਏਜੰਸੀਜ਼ ਆਫੀਸਰਜ਼ ਐਸੋਸੀਏਸ਼ਨ ਦੇ ਚੁਣੇ ਗਏ ਪ੍ਰਧਾਨ HS ਤਾਲੀਵਾਲ, DM ਮਾਰਕਫੈਡ ਮੁਕਤਸਰ ਨੇ sadamoga.com ਨਾਲ ਗੱਲਬਾਤ ਕਰਦਿਆਂ ਆਖਿਆ ਕਿ ਖਰੀਦ ਏਜੰਸੀਆਂ ਦੀਆਂ ਇਹਨਾਂ ਮੁਸ਼ਕਲਾਂ ਨੂੰ ਸਰਕਾਰ ਕੋਲ ਉਠਾਇਆ ਗਿਆ ਸੀ ਪਰ ਕੋਈ ਠੋਸ ਹੱਲ ਨਾ ਨਿਕਲ ਸਕਿਆ। ਇਸ ਲਈ ਅੱਜ ਮਜਬੂਰ ਹੋ ਕੇ ਏਜੰਸੀਆਂ ਨੇ ਇੱਕ ਝੰਡੇ ਹੇਠ ਇਕੱਤਰ ਹੋ ਕੇ ਆਪਣੇ ਮਸਲੇ ਹੱਲ ਕਰਵਾਉਣ ਦਾ ਤਹੱਈਆ ਕੀਤਾ ਹੈ। ਸਾਨੂੰ ਮੇਨ ਮੁਸ਼ਕਲਾਂ ਆਉਂਦੀਆਂ ਸੀ ਜੋ ਸ਼ੈਲਰ ਦੇ ਵਿੱਚ ਬੈਜ਼ਲਮੈਂਟ ਹੁੰਦੀ ਹੈ, ਉਹਦੇ ਜੁਆਇੰਟ ਕਸਟਡੀ ਸਰਕਾਰ ਨੇ ਕੀਤੀ ਹੋਈ ਹੈ, ਉਹਦੇ 'ਚ ਬੈਜ਼ਲਮੈਂਟ ਆਉਂਦੀ ਹੈ ਸ਼ੈਲਰ ਦੇ ਵਿੱਚ, ਡਿਸਟ੍ਰਿਕਟ ਮੈਨੇਜਰ ਉਹ ਤੋਂ 40-50 ਕਿਲੋਮੀਟਰ ਦੂਰ ਬੈਠਾ, ਉਹਦੀ ਸੁਪਰਵਾਈਜ਼ਰੀ ਲੈਬਸ ਉਹਦੀ ਵੀ ਚਾਰਜਸ਼ੀਟ ਬਣਾ ਦਿੱਤੀ ਜਾਂਦੀ ਸੀ। ਅਸੀਂ ਚਾਹੁੰਦੇ ਹਾਂ ਕਿ ਡਿਸਟ੍ਰਿਕਟ ਮੈਨੇਜਰ ਜੋ ਪਾਰਟ ਆਫ ਮੈਨੇਜਮੈਂਟ ਹੈ, ਉਹਦੀ ਇਸ ਤਰ੍ਹਾਂ ਦਾ ਐਕਸ਼ਨ DM 'ਤੇ ਨਹੀਂ ਹੋਣਾ ਚਾਹੀਦਾ। ਦੇਖਦੇ ਰਹੋ ਹਮੇਸ਼ਾ sadamoga.com।